ਤੇ ਜੇ ਜ਼ਿਆਦਾ ਬਿਮਾਰੀ ਹੈ ਜਾਂ ਪੇਸ਼ੈਂਟ ਜੇ ਡਾਇਬੀਟੀਜ਼ ਹੈ, ਸ਼ੂਗਰ ਹੈ ਜਿਹਨੂੰ, ਉਹਦੇ 'ਚ ਅਸੀਂ ਬਾਈਪਾਸ ਸਰਜਰੀ ਹੀ ਪ੍ਰੈਫਰ ਕਰਦੇ ਹਾਂ। ਉਹਦੇ 'ਚ ਬੇਸਿਕਲੀ ਜੇ ਬਲੋਕੇਜ ਇੱਥੇ ਹੈ ਤਾਂ ਅਸੀਂ ਇੱਕ ਨਈ ਨਾੜੀ ਬਣਾ ਦਿੰਦੇ ਹਾਂ। ਹੁਣ ਇੱਕ ਨਈ ਟੈਕਨੀਕ ਅਸੀਂ ਡਿਵੈਲਪ ਕੀਤੀ ਹੈ ਜਿਹੜੀ ਕਿ ਪੰਜਾਬ 'ਚ ਹੋਈ ਹੈ, ਮੇਰੀ ਯੂਨਿਟ ਨੇ ਹੀ ਕੀਤੀ ਹੈ ਦੁਨੀਆ 'ਚ ਪਹਿਲੀ ਵਾਰੀ, ਜਿਹਨੂੰ ਕਿ ਬੀਟਿੰਗ ਹਾਰਟ ਸਰਜਰੀ ਜਾਂ ਚੱਲਦੇ ਹੋਏ ਦਿਲ 'ਤੇ ਓਪਰੇਸ਼ਨ ਕਰਨਾ। ਤੁਸੀਂ ਰੋਜ਼ ਜੇ ਦੌੜ ਕੇ ਘਰ ਜਾ ਰਹੇ ਹੋ ਆਫਿਸ, ਬਿਲਕੁਲ ਨਾ ਖਾਣਾ ਪ੍ਰੋਪਰਲੀ ਖਾਧਾ ਅਤੇ ਕਾਰ 'ਚ ਵੀ ਜਾ ਰਹੇ ਹੋ ਅਤੇ ਹੋਰਨ ਹੀ ਵਜਾ ਰਹੇ ਹੋ ਤਾਂ ਪਲੀਜ਼ 5 ਮਿੰਟ ਜਲਦੀ ਉੱਠ ਜਾਓ ਨਾ, ਉਹਦੇ 'ਚ ਕਿਹੜੀ ਕਿੰਨੀ ਪ੍ਰੋਬਲਮ ਹੈ। ਸੋ ਇਹਦੇ ਕਈ ਮੇਰੇ ਤੋਂ ਵੀ ਅਕਲਮੰਦ ਲੋਕ ਨੇ ਜਿਹੜਾ ਕਿ ਸਮਝਾਉਂਦੇ ਕਿ ਕਿਸ ਤਰ੍ਹਾਂ ਸਟ੍ਰੈਸ ਤੋਂ ਮੈਨੇਜ ਕੀਤਾ ਜਾਏ। ਸੱਚੀ ਗੱਲ ਹੈ ਕਿ ਤੁਸੀਂ ਜੇ ਸਟ੍ਰੈਸ ਹੀ ਕਰਦੇ ਰਹੋਗੇ, ਟੈਨਸ਼ਨ 'ਚ ਹੀ ਰਹੋਗੇ, ਤਾਂ ਤੁਸੀਂ ਖੁਦ ਹੀ ਫਰੋਮ ਇਜ਼ ਟੂ ਵਾਜ਼ ਬਣ ਜਾਓਗੇ ਪਾਸਟ ਟੈਂਸ ਹੋ ਜਾਓ। ਸੋ ਜਦੋਂ ਵੀ ਕਿਸੇ ਨੂੰ ਸੁਣਨ ਵਿੱਚ ਆਉਂਦਾ ਹੈ ਕਿ ਕਿਸੇ ਨੂੰ ਦਿਲ ਦੀ ਬਿਮਾਰੀ ਹੋ ਗਈ ਹੈ, ਬਹੁਤ ਹੀ ਜ਼ਿਆਦਾ ਘਬਰਾਹਟ ਹੋ ਜਾਂਦੀ ਹੈ। ਪਰ ਤੁਹਾਨੂੰ ਦੱਸੀਏ ਕਿ ਚੰਗੇ ਮਾਹਿਰ ਡਾਕਟਰ ਦੀ ਸਲਾਹ ਜੇਕਰ ਤੁਸੀਂ ਲੈਂਦੇ ਹੋ ਤਾਂ ਬੜੀ ਆਸਾਨੀ ਦੇ ਨਾਲ ਇਲਾਜ ਵੀ ਉਸਦਾ ਹੋ ਸਕਦਾ। ਅੱਜ ਆਪਾਂ ਖਾਸ ਤੌਰ 'ਤੇ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਹਾਰਟ ਬਲੋਕੇਜ ਹੁੰਦੀ ਹੈ, ਕੀ ਉਹਨਾਂ ਲਈ ਕਿਸ ਕਿਹੜੀ ਸਿਚੁਏਸ਼ਨ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਬਾਈਪਾਸ ਸਰਜਰੀ ਕਰਵਾਉਣਾ, ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਕੋਲ ਨੇ ਕਿ ਬਿਨਾਂ ਬਾਈਪਾਸ ਸਰਜਰੀ ਕਰਵਾਏ ਵੀ ਹਾਰਟ ਬਲੋਕੇਜ ਨੂੰ ਠੀਕ ਕੀਤਾ ਜਾ ਸਕਦਾ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਜੋਤ ਕੌਰ ਅਤੇ ਅੱਜ ਇਸੇ ਟੋਪਿਕ ਦੇ ਉੱਪਰ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਗੇ ਮਾਹਿਰ ਡਾਕਟਰ ਅਸੀਂ ਬੁਲਾਏ ਹੋਏ ਨੇ ਜੀ, ਡਾਕਟਰ ਹਰਿੰਦਰ ਸਿੰਘ ਬੇਦੀ, ਡਾਇਰੈਕਟਰ ਕਾਰਡੀਓ ਸਾਇੰਸਿਸ ਪਾਰਕ ਹੋਸਪਿਟਲ ਮੋਹਾਲੀ। ਸੋ ਮੰਨੇ ਪਰ ਮੰਨੇ ਡਾਕਟਰ ਨੇ, ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਰ ਇਹ ਅੱਜ ਕੱਲ੍ਹ ਕੋਮਨ ਕੁਐਸਚਨ ਇੱਕ ਹੁੰਦਾ ਹੈ, ਕਿਉਂਕਿ ਜਿੱਥੇ ਹਾਰਟ ਬਲੋਕੇਜ ਦੀ ਗੱਲ ਆ ਜਾਂਦੀ ਹੈ, ਕਿਉਂਕਿ ਕੁਝ ਖਾਣ ਪੀਣ ਦੀਆਂ ਆਦਤਾਂ ਸਭ ਦੀਆਂ ਇਹੋ ਜਿਹੀਆਂ ਹੁੰਦੀਆਂ ਕਿ ਕੁਝ ਸਾਡਾ ਰੂਟੀਨ ਜੋ ਲਾਈਫ ਸਟਾਈਲ ਦਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਹਾਰਟ ਬਲੋਕੇਜ ਚਲੋ ਅਗਰ ਹੋ ਜਾਂਦੀ ਹੈ ਤਾਂ ਡਰ ਜਾਂਦਾ ਹਰ ਕੋਈ ਕਿ ਅਸੀਂ ਬਾਈਪਾਸ ਸਰਜਰੀ ਕਰਵਾਈਏ, ਕੀ ਬਿਨਾਂ ਬਾਈਪਾਸ ਸਰਜਰੀ ਦੇ ਵੀ ਕੋਈ ਇਲਾਜ ਹੈ? ਤਾਂ ਮੈਂ ਇਸੇ ਤੋਂ ਹੀ ਅੱਜ ਸ਼ੁਰੂਆਤ ਕਰਨਾ ਚਾਹੂੰਗੀ। ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਲੋਕੇਜ, ਹਾਰਟ ਬਲੋਕੇਜ ਦਾ ਇੱਕੋ ਇੱਕ ਰਸਤਾ ਸਿਰਫ ਬਾਈਪਾਸ ਸਰਜਰੀ ਹੀ ਹੈ, ਬਿਨਾਂ ਉਸਦੇ ਕੁਛ ਨਹੀਂ ਮੁਮਕਿਨ? ਨਹੀਂ ਜੀ, ਇਹ ਇਹ ਭਰਮ ਹੈਗਾ, ਮਿਥ ਹੈਗੀ ਕਿ ਸਿਰਫ ਬਾਈਪਾਸ ਸਰਜਰੀ ਹੈ। ਇਨਫੈਕਟ ਮੇਰੇ ਪੇਸ਼ੈਂਟ ਜਿਹੜੇ ਮੇਰੇ ਕੋਲ ਆਉਂਦੇ ਆ ਉਹਨਾਂ 'ਚੋਂ ਸਿਰਫ 50% ਨੂੰ ਹੀ ਮੈਂ ਬਾਈਪਾਸ ਸਰਜਰੀ ਕਰਦਾ। ਬਾਕੀ ਪੇਸ਼ੈਂਟਸ ਨੂੰ ਅਸੀਂ ਸ਼ੁਰੂਆਤ ਕਰਦੇ ਹਾਂ ਲਾਈਫ ਸਟਾਈਲ ਚੇਂਜਸ ਨਾਲ, ਉਹਦੇ ਨਾਲ ਪਹਿਲਾਂ ਚੰਗੀ ਤਰ੍ਹਾਂ ਗੱਲ ਕਰਦੇ ਹਾਂ ਕਿ ਵੀ ਕਿਉਂ ਇਹਨੂੰ ਬਿਮਾਰੀ ਹੋ ਰਹੀ ਹੈ, ਅਤੇ ਲਾਈਫ ਸਟਾਈਲ ਚੇਂਜਸ ਦਾ ਜੇ ਉਸ ਤੋਂ ਅੱਗੇ ਗੱਲ ਪਹੁੰਚ ਗਈ ਹੈ ਅਤੇ ਐਂਜੀਓਗ੍ਰਾਫੀ ਕਰ ਲਈ ਹੈ ਅਸੀਂ, ਅਤੇ ਉਹਦੇ 'ਚ ਪਾਇਆ ਕਿ ਨਾੜੀਆਂ 'ਚ ਬਲੋਕੇਜ ਹੁੰਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਨਾੜੀਆਂ 'ਚ ਬਲੋਕੇਜ ਕੀ ਹੁੰਦਾ ਹੈ। ਸੋ ਇਹ ਜੇ ਤੁਸੀਂ ਦੇਖੋਗੇ, ਇਹ ਸਾਡਾ ਹਿਲ ਹਾਰਟ ਹੈਗਾ, ਹਾਰਟ ਬੇਸਿਕਲੀ ਪੰਪ ਹੈ, ਐਂਡ ਇਹ ਪੰਪ ਨੂੰ ਕੰਮ ਕਰਨ ਲਈ ਆਕਸੀਜਨ ਦੀ ਲੋੜ ਪੈਂਦੀ ਹੈ। ਉਹ ਆਕਸੀਜਨ ਇਹ ਨਾੜੀਆਂ ਜਿਹੜੀ ਲਾਲ ਰੰਗ ਦੀਆਂ ਇਸ ਤੋਂ ਜਾਂਦਾ ਹੈ, ਅਤੇ ਇਸ ਨਾੜੀ 'ਚ ਜਦ ਬਲੋਕੇਜ ਆ ਜਾਂਦੀ ਹੈ, ਜੋ ਕਿ ਯੂਜਲੀ ਘਿਓ ਨਾਲ ਆਉਂਦੀ ਹੈ, ਕੋਲੈਸਟ੍ਰੋਲ ਹੁੰਦਾ ਵੈਸੇ, ਤਾਂ ਫਿਰ ਉਹਨੂੰ ਅਸੀਂ ਹਾਰਟ ਡਿਜ਼ੀਜ਼ ਕਹਿੰਦੇ ਹਾਂ। ਸੋ ਦੋ ਤਰੀਕੇ ਨੇ, ਜੇ ਬਿਮਾਰੀ ਬਹੁਤ ਵੱਧ ਗਈ ਹੈ, ਦਵਾਈ ਤੋਂ ਬਾਹਰ ਹੋ ਗਈ ਹੈ, ਅਤੇ ਜਾਂ ਤਾਂ ਉਸ ਬਲੋਕੇਜ ਨੂੰ ਅਸੀਂ ਖੋਲ੍ਹ ਦਿੰਦੇ ਹਾਂ, ਇਹਨੂੰ ਕਿ ਸਪਰਿੰਗ ਜਾਂ ਸਟੈਂਟ ਕਹਿੰਦੇ ਹਾਂ, ਉਹ ਵੀ ਬਹੁਤ ਕਾਮਯਾਬ ਹੈ, ਪਰ ਸਿਰਫ ਇੱਕ ਨਾੜੀ ਲਈ ਉਹ ਅਸੀਂ ਰੈਕਮੈਂਡ ਕਰਦੇ ਹਾਂ। ਅਤੇ ਜੇ ਜ਼ਿਆਦਾ ਬਿਮਾਰੀ ਹੈ ਜਾਂ ਪੇਸ਼ੈਂਟ ਜੇ ਡਾਇਬੀਟੀਜ਼ ਹੈ, ਸ਼ੂਗਰ ਹੈ ਜਿਹਨੂੰ, ਉਹਦੇ 'ਚ ਅਸੀਂ ਬਾਈਪਾਸ ਸਰਜਰੀ ਹੀ ਪ੍ਰੈਫਰ ਕਰਦੇ ਹਾਂ। ਉਹਦੇ 'ਚ ਬੇਸਿਕਲੀ ਜੇ ਬਲੋਕੇਜ ਇੱਥੇ ਹੈ ਤਾਂ ਅਸੀਂ ਇੱਕ ਨਈ ਨਾੜੀ ਬਣਾ ਦਿੰਦੇ ਹਾਂ, ਐਂਡ ਉਹ ਨਾੜੀ ਪੇਸ਼ੈਂਟ ਦੀ ਬੋਡੀ ਤੋਂ ਹੀ ਲੈਂਦੇ ਹਾਂ। ਸੋ ਉਹ ਪੂਰੀ ਲਾਈਫ ਉਹਦੇ 30-40 ਸਾਲ ਕੰਮ ਕਰੇਗੀ। ਪਹਿਲੇ ਹੁੰਦਾ ਸੀਗਾ ਜਦ ਮੈਂ ਸ਼ੁਰੂ ਕੀਤਾ ਸੀ ਹਾਰਟ ਦੀ ਸਰਜਰੀ ਕਿ ਬਹੁਤ ਰਿਸਕੀ ਹੈ, ਸੀਗਾ ਵੀ ਰਿਸਕੀ ਉਸ ਟਾਈਮ, 1% ਡੈਥ ਦੇ ਚਾਂਸ, 99% ਉਸ ਟਾਈਮ ਵੀ ਠੀਕ ਸੀਗਾ, ਪਰ 1% ਰਿਸਕ ਜ਼ਰੂਰ ਸੀਗਾ। ਅਤੇ ਹੁਣ ਹੌਲੀ ਹੌਲੀ ਉਹ 1% ਦਾ ਅਸੀਂ 0.5-0.1% ਆ ਗਿਆ, ਅਤੇ ਮੇਰੀ ਉਮੀਦ ਹੈ ਕਿ ਕਿਸੇ ਦਿਨ 100% ਸੇਫ ਵੀ ਹੋਏਗੀ, ਹਾਲੇ ਨਹੀਂ ਹੈ। ਉਹਦੇ 'ਚ ਅਸੀਂ ਨਾੜੀ ਨੂੰ ਬਾਈਪਾਸ ਕਰ ਦਿੰਦੇ ਹਾਂ। ਪਹਿਲੇ ਅਸੀਂ ਕੀ ਕਰਦੇ ਸੀ, ਇਹ ਜਿਹੜਾ ਹਾਰਟ ਹੈ ਚੱਲ ਰਿਹਾ, ਅਤੇ ਹਾਰਟ ਨੂੰ ਅਸੀਂ ਰੋਕ ਕੇ ਕਰਦੇ ਸੀ, ਕਿਉਂਕਿ ਉਹ ਬਹੁਤ ਛੋਟੀ ਜਗ੍ਹਾ ਹੁੰਦੀ ਹੈ ਕੰਮ ਕਰਨ ਲਈ, ਉਹਦੇ ਲਈ ਮਸ਼ੀਨ ਲਗਾਉਣੀ ਪੈਂਦੀ ਸੀ, ਹਾਰਟ ਲੰਗ ਮਸ਼ੀਨ, ਉਹਦੇ ਕਾਰਨ ਥੋੜ੍ਹਾ ਜਿਹਾ ਕੰਪਲੀਕੇਸ਼ਨ ਰੇਟ ਜ਼ਿਆਦਾ ਸੀਗਾ। ਹੁਣ ਇੱਕ ਨਈ ਟੈਕਨੀਕ ਅਸੀਂ ਡਿਵੈਲਪ ਕੀਤੀ ਹੈ ਜਿਹੜੀ ਕਿ ਪੰਜਾਬ 'ਚ ਹੀ ਹੋਈ ਹੈ, ਮੇਰੀ ਯੂਨਿਟ ਨੇ ਹੀ ਕੀਤੀ ਹੈ ਦੁਨੀਆ 'ਚ ਪਹਿਲੀ ਵਾਰੀ, ਜਿਹਨੂੰ ਕਿ ਬੀਟਿੰਗ ਹਾਰਟ ਸਰਜਰੀ ਜਾਂ ਚੱਲਦੇ ਹੋਏ ਦਿਲ 'ਤੇ ਓਪਰੇਸ਼ਨ ਕਰਨਾ। ਉਹਦੇ ਨਾਲ ਮਸ਼ੀਨ ਦੀ ਲੋੜ ਨਹੀਂ ਪੈਂਦੀ, ਅਤੇ ਬਾਡੀ ਨੂੰ ਡੈਮੇਜ ਬਹੁਤ ਮਿਨੀਮਲ ਜਾਂ ਨਾ ਦੇ ਬਰਾਬਰ ਹੁੰਦਾ ਹੈ, ਐਂਡ ਬੀਟਿੰਗ ਹਾਰਟ ਚੱਲਦੇ ਹੋਏ ਹਾਰਟ 'ਚ ਅਸੀਂ ਬਲੋਕੇਜ ਨੂੰ ਬਾਈਪਾਸ ਕਰ ਦਿੰਦੇ ਹਾਂ। ਸੋ ਇਹਦੇ ਨਾਲ ਮੇਨ ਗੱਲ ਹੈ ਕਿ ਸੇਫਟੀ ਬਹੁਤ ਵੱਧ ਗਈ ਹੈ, ਕੋਈ ਵੀ ਅਸੀਂ ਇਹ ਮਤਲਬ ਉਲਟਾ ਹੋ ਗਿਆ, ਹੁਣ ਜਿਹੜਾ ਪਹਿਲੇ ਰਿਸਕ ਸੀਗਾ ਉਹ ਸੇਫਟੀ 'ਚ ਡਿਵੈਲਪ ਹੋ ਗਿਆ। 0.1-0.2% ਰਿਸਕ ਹੈਗਾ, ਬਾਕੀ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦੇ ਆ। ਈਵਨ ਜਿਹੜੇ ਬਜ਼ੁਰਗ ਨੇ ਜਾਂ ਬਹੁਤ ਯੰਗ ਹੈ, ਕਈ ਪੇਸ਼ੈਂਟ 30 ਸਾਲ ਦੇ ਵੀ ਆਉਂਦੇ ਆ ਜਾਂ ਕਈ ਪੇਸ਼ੈਂਟ 80-90 ਸਾਲ ਦੇ ਵੀ ਆਉਂਦੇ ਆ, ਉਹਨਾਂ ਦੋਨਾਂ 'ਚ ਰਿਸਕ ਮਿਨੀਮਲ ਹੋ ਗਿਆ, ਅਤੇ ਕੋਈ ਡਰਨ ਦੀ ਗੱਲ ਨਹੀਂ ਹੈ। ਜੇ ਤੁਹਾਨੂੰ ਲੋੜ ਹੈ ਬਾਈਪਾਸ ਦੀ ਤਾਂ ਉਹਨੂੰ
ਇਹ ਨਾ ਕਹੋ ਜੀ ਮੈਂ ਨਹੀਂ ਕਰਾਣੀ ਮੈਂ ਡਰਦਾ ਜਾਂ ਡਰਦੀ ਹਾਂ। ਇਹਦਾ ਆਰਾਮ ਨਾਲ ਕੋਈ ਵੀ ਅੱਛੇ ਹਸਪੀਟਲ 'ਚ ਸਾਡੇ ਦੇਸ਼ ਵਿੱਚ ਬਹੁਤ ਵਧੀਆ ਸਰਜਨ ਹੈਗੇ ਆਲ ਓਵਰ ਕਿਸੇ ਵੀ ਸ਼ਹਿਰ 'ਚ ਅਤੇ ਆਪਾਂ ਕਰਾ ਜੇ ਲੋੜ ਹੈ ਤਾਂ ਪਲੀਜ਼ ਕਰਾ ਲਓ, ਉਹਨੂੰ ਡਿਲੇ ਨਾ ਕਰੋ। ਜੀ 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 ਬਿਲਕੁਲ ਠੀਕ ਹੈ। ਸੋ ਮੈਂ ਇੱਥੇ ਗੱਲ ਕਰਾਂ, ਅਗਰ ਆਪਾਂ ਹੁਣ ਤੱਕ ਜਿੰਨੀ ਵੀਡੀਓਜ਼ ਵਿੱਚ ਇਨਫੋਰਮੇਸ਼ਨ ਦਿੱਤੀ, ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਬਚਿਆ ਜਾ ਸਕਦਾ ਕਿਸੇ ਤਰ੍ਹਾਂ ਦੀ ਦਿਲ ਦੀ ਬਿਮਾਰੀ ਤੋਂ, ਪਰ ਅੱਜ ਆਪਾਂ ਅਗਰ ਇਹਨਾਂ ਮਰੀਜ਼ਾਂ ਦੀ ਗੱਲ ਕਰ ਲਈਏ ਜਿਹੜੇ ਕਿ ਕਿਸੇ ਨਾ ਕਿਤੇ ਕਿਸੇ ਦਿਲ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ, ਸੋ ਉਹਨਾਂ ਨੂੰ ਤੁਸੀਂ ਉਹਨਾਂ ਦੇ ਲਾਈਫ ਸਟਾਈਲ ਨੂੰ ਲੈ ਕੇ ਇੱਥੇ ਕੀ ਗਾਈਡ ਕਰਨਾ ਚਾਹੋਗੇ? ਕਿਉਂਕਿ ਖਾਣ ਪੀਣ ਦੀ ਆਦਤਾਂ ਨੂੰ ਲੈ ਕੇ ਅਵੇਅਰ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ, ਔਰ ਤੁਸੀਂ ਹਰੇਕ ਵੀਡੀਓ ਵਿੱਚ ਅਵੇਅਰ ਕਰਦੇ ਵੀ ਹੋ। ਇੱਥੇ ਆਪਾਂ ਖਾਸ ਤੌਰ 'ਤੇ ਗੱਲ ਕਰੀਏ ਜਿਹੜੇ ਦਿਲ ਦੇ ਮਰੀਜ਼ ਨੇ, ਵਾਕਈ ਕਿਸੇ ਬਿਮਾਰੀ ਤੋਂ ਜੂਝ ਰਹੇ ਨੇ, ਸੋ ਕਿਉਂਕਿ ਸਵਾਲ ਸਾਡੇ ਕੋਲ ਆਉਂਦੇ ਨੇ ਕਿ ਕੀ ਨੌਨ ਵੈਜ ਖਾ ਸਕਦੇ ਨੇ ਜਿਨ੍ਹਾਂ ਨੂੰ ਕੋਈ ਦਿਲ ਦੀ ਬਿਮਾਰੀ ਹੈ, ਸੋ ਮੈਂ ਇੱਥੇ ਡਿਟੇਲ ਵਿੱਚ ਜ਼ਰੂਰ ਚਾਹੂੰਗੀ ਕਿ ਤੁਸੀਂ ਜ਼ਰੂਰ ਦੱਸੋ ਕਿ ਕਿਹੜੀਆਂ ਆਦਤਾਂ ਅਪਣਾਉਣ ਅਤੇ ਕਿਹੜੀਆਂ ਆਦਤਾਂ ਨੂੰ ਟਾਈਮ ਨਹੀਂ ਛੱਡ ਦੇਣਾ ਚਾਹੀਦਾ ਜੇਕਰ ਆਪਣੀ ਬਿਮਾਰੀ ਨੂੰ ਹੋਰ ਜ਼ਿਆਦਾ ਖਤਰਨਾਕ ਨਹੀਂ ਬਣਾਉਣਾ ਚਾਹੁੰਦੇ। ਦੇਖੋ ਜੀ, ਇਹ ਬਹੁਤ ਜ਼ਰੂਰੀ ਹੈ ਐਂਡ ਅਸੀਂ ਜਿੰਨੀ ਵਾਰੀ ਵੀ ਕਹੀਏ ਇਹ ਘੱਟ ਹੋਏਗਾ। ਕਦੇ ਮੈਂ ਬਾਰ ਬਾਰ ਇਹੀ ਕਹਿੰਦਾ ਕਿ ਆਪਾਂ ਲਾਈਫ ਸਟਾਈਲ ਚੇਂਜਿਸ, ਉਹਦੇ 'ਚ ਬਹੁਤ ਸਾਰੀ ਚੀਜ਼ਾਂ ਆਉਂਦੀਆਂ, ਉਹਦੇ 'ਚ ਖਾਣ ਪੀਣਾ, ਉਹਦਾ ਤਰੀਕਾ ਐਕਸਰਸਾਈਜ਼ ਕਰਨ ਦਾ ਤਰੀਕਾ, ਸਾਡਾ ਐਸਾ ਇਹੋ ਜਿਹਾ ਤਾਂ ਨਹੀਂ ਸਾਡਾ ਕੋਈ ਜੋਬ ਜਾਂ ਫੈਮਲੀ ਸਿਚੁਏਸ਼ਨ ਦੇ ਨੂੰ ਸਾਨੂੰ ਤਣਾਅ ਵੀ, ਰੋਜ਼ ਹੀ ਤਣਾਅ ਹੋਏਗਾ ਉਹ ਵੀ ਤੁਹਾਡੇ ਲਈ ਖਰਾਬ ਹੈ। ਐਂਡ ਤੁਸੀਂ ਨੌਨ ਵੈਜ ਦੀ ਗੱਲ ਕੀਤੀ, ਨੌਨ ਵੈਜ ਜਿੱਥੋਂ ਤੱਕ ਹੋ ਸਕੇ ਨਹੀਂ ਖਾਣਾ ਚਾਹੀਦਾ। ਪ੍ਰੋਟੀਨ ਹੋਰ ਜਗ੍ਹਾ ਤੋਂ ਵੀ ਮਿਲ ਜਾਂਦੇ ਆ, ਅੰਡੇ ਤੋਂ ਮਿਲ ਜਾਂਦੇ ਆ, ਦੁੱਧ ਤੋਂ ਮਿਲ ਜਾਂਦੇ ਆ, ਦਾਲਾਂ 'ਚੋਂ ਮਿਲ ਜਾਂਦੇ ਆ, ਸੋ ਕਈ ਆਪਣਾ ਸੋਇਆਬੀਨ ਤੋਂ ਮਿਲ ਜਾਂਦੇ ਆ। ਸੋ ਕੋਸ਼ਿਸ਼ ਕਰੋ ਕਿ ਨੌਨ ਵੈਜ ਘੱਟ ਤੋਂ ਘੱਟ ਖਾਇਆ ਜਾਏ, ਜੇ ਖਾਣਾ ਹੀ ਹੋਏ ਤਾਂ ਚਿਕਨ ਜਾਂ ਫਿਸ਼, ਉਹ ਵੀ ਜਾਂ ਤਾਂ ਤੰਦੂਰੀ ਜਾਂ ਏਅਰ ਫਰਾਈ ਕਰਕੇ, ਅਤੇ ਬਹੁਤ ਜ਼ਿਆਦਾ ਤਰੀ ਬਹੁਤ ਜ਼ਿਆਦਾ ਘਿਓ ਦੇ ਨਾਲ ਨਾ ਖਾਈਏ ਤਾਂ ਬਿਹਤਰ ਹੋਏਗਾ। ਫਲ ਫਰੂਟ ਖਾ ਸਕਦੇ ਹੋ ਜੇ ਸ਼ੂਗਰ ਨਹੀਂ ਹੈ ਤੁਹਾਨੂੰ, ਤਾਂ ਜਿੰਨੇ ਮਰਜ਼ੀ ਖਾ ਲਓ ਕੋਈ ਪ੍ਰੋਬਲਮ ਨਹੀਂ ਹੋਣੀ, ਜਿੰਨਾ ਤੁਹਾਡਾ ਦਿਲ ਕਰਦਾ ਹੈ। ਐਂਡ ਹਰੀ ਸਬਜ਼ੀ, ਹਰੇ ਸੈਲਡ ਜਿਹੜਾ ਹੁੰਦਾ ਹੈ, ਤਾਜ਼ਾ ਵੈਜੀਟੇਬਲਸ, ਉਹਦਾ ਸੈਲਡ ਬਣਾ ਕੇ ਸਵੇਰੇ ਖਾਣੇ ਤੋਂ ਪਹਿਲੇ ਜ਼ਰੂਰ ਖਾਓ। ਐਂਡ ਇਹ ਜੇ ਸਿੰਪਲ ਚੀਜ਼ਾਂ ਅਸੀਂ ਕਰਾਂਗੇ, ਇਹਦੇ ਨਾਲ ਐਕਸਰਸਾਈਜ਼ ਕਰਾਂਗੇ, ਇਹਦੇ ਨਾਲ ਆਪਾਂ ਸਟ੍ਰੈਸ ਵਾਲੀ ਕੰਮ ਨਾ ਕਰੀਏ ਜਾਂ ਉਸ ਤੋਂ ਕਿਸ ਤਰ੍ਹਾਂ ਕੰਟਰੋਲ ਕਰੀਏ ਆਪਣਾ, ਜਿਸ ਤਰ੍ਹਾਂ ਸਵੇਰੇ ਜੇ ਉੱਠ ਤੁਸੀਂ ਰੋਜ਼ ਜੇ ਦੌੜ ਕੇ ਘਰ ਜਾ ਰਹੇ ਹੋ ਔਫਿਸ, ਬਿਲਕੁਲ ਨਾ ਖਾਣਾ ਪ੍ਰੋਪਰਲੀ ਖਾਧਾ ਅਤੇ ਕਾਰ 'ਚ ਵੀ ਜਾ ਰਹੇ ਹੋ ਅਤੇ ਹੌਨ ਹੀ ਵਜਾ ਰਹੇ ਹੋ, ਤਾਂ ਪਲੀਜ਼ 5 ਮਿੰਟ ਜਲਦੀ ਉੱਠ ਜਾਓ ਨਾ, ਉਹਦੇ 'ਚ ਕਿਹੜੀ ਕਿੰਨੀ ਪ੍ਰੋਬਲਮ ਹੈ। ਸੋ ਉਹਦੇ ਨਾਲ ਤੁਹਾਡਾ ਵੀ ਸਟ੍ਰੈਸ ਘੱਟ ਜਾਏਗਾ, ਬਾਕੀ ਵਾਲੇ ਜਿਹੜੇ ਰੋਡ 'ਚ ਹੈਗੇ ਉਹਨਾਂ ਦਾ ਵੀ ਘੱਟ ਜਾਏਗਾ। ਜੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਸਰ, ਤੁਸੀਂ ਸਟ੍ਰੈਸ ਬਾਰੇ ਕਿਹਾ ਸੀ ਕਿ ਸਟ੍ਰੈਸ ਨਹੀਂ ਲੈਣਾ ਚਾਹੀਦਾ, ਤਾਂ ਮੈਂ ਇੱਥੇ ਗੱਲ ਇਹ ਕਰਨਾ ਚਾਹੂੰਗੀ ਕਿ ਵਾਕਈ ਸਟ੍ਰੈਸ ਇੰਨੀ ਕੁ ਵੱਡੀ ਆਫਤ ਹੈ ਜਿਹਦੇ ਨਾਲ ਅਸੀਂ ਬਹੁਤ ਜ਼ਿਆਦਾ ਬਿਮਾਰੀਆਂ ਵਿੱਚ ਘਿਰ ਸਕਦੇ ਹਾਂ, ਅਤੇ ਜੇ ਅਸੀਂ ਆਪਣੇ ਆਪ ਨੂੰ ਸਟ੍ਰੈਸ ਤੋਂ ਮੁਕਤ ਕਰ ਲੈਂਦੇ ਹਾਂ ਤਾਂ ਸਾਡਾ ਜ਼ਿੰਦਗੀ ਜਿਹੜੀ ਈਜ਼ੀ ਵੀ ਹੋਏਗੀ ਅਤੇ ਬਿਮਾਰੀਆਂ ਮੁਕਤ ਵੀ ਹੋ ਜਾਏਗੀ। ਸੋ ਮੈਂ ਇਸ ਸਟ੍ਰੈਸ ਦੇ ਉੱਪਰ ਥੋੜ੍ਹਾ ਹੋਰ ਸਟ੍ਰੈਸ ਪਾ ਕੇ ਜ਼ਰੂਰ ਤੁਹਾਡੇ ਤੋਂ ਹੋਰ ਜਾਣਕਾਰੀ ਚਾਹਾਂਗੀ। ਦੇਖੋ, ਸਟ੍ਰੈਸ ਇਹੋ ਜਿਹੀ ਚੀਜ਼ ਹੈ ਜਿਸ ਤੋਂ ਅਸੀਂ ਚਾਹੁੰਦੇ ਵੀ ਨਹੀਂ ਅਤੇ ਕਰ ਸਕਦੇ ਵੀ ਨਹੀਂ ਜ਼ੀਰੋ। ਜੀ, ਥੋੜ੍ਹਾ ਬਹੁਤ ਸਟ੍ਰੈਸ ਤਾਂ ਚਾਹੀਦਾ ਹੈ। ਜੇ ਸਾਰਾ ਸਟ੍ਰੈਸ ਜ਼ੀਰੋ ਹੋ ਗਿਆ ਤਾਂ ਬੰਦਾ ਸ਼ਾਇਦ ਹੋ ਸਕਦਾ ਕੰਮ ਹੀ ਨਾ ਕਰੇ, ਘਰ ਹੀ ਬੈਠ ਜਾਏ। ਸੋ ਸਾਨੂੰ ਸਟ੍ਰੈਸ ਨੂੰ ਮੈਨੇਜ ਕਰਨਾ ਹੈ। ਸੋ ਇਹਦੇ ਕਈ ਮੇਰੇ ਤੋਂ ਵੀ ਅਕਲਮੰਦ ਲੋਕ ਨੇ ਜਿਹੜਾ ਕਿ ਸਮਝਾਉਂਦੇ ਕਿ ਕਿਸ ਤਰ੍ਹਾਂ ਸਟ੍ਰੈਸ ਤੋਂ ਮੈਨੇਜ ਕੀਤਾ ਜਾਏ। ਬੇਸਿਕਲੀ ਸਾਡਾ ਰਿਸਪੋਂਸ ਜਿਹੜਾ ਹੈ ਉਹ ਸਾਨੂੰ ਮੋਡੀਫਾਈ ਕਰਨਾ ਹੈ। ਇਹ ਸਾਨੂੰ ਦੇਖਣਾ ਵੀ ਇਹ ਮੈਂ ਗੁੱਸਾ ਕਰਕੇ ਮੈਂ ਆਪਣੇ ਆਪ ਨੂੰ ਤਾਂ ਨਹੀਂ ਖਰਾਬ ਕਰ ਰਿਹਾ। ਇੱਕ ਮੇਰਾ ਪੇਸ਼ੈਂਟ ਹੈ, ਉਹ ਪੋਇਟ ਹੈ, ਅਤੇ ਉਹਨੇ ਇੱਕ ਛੋਟੀ ਜਿਹੀ ਬੜੀ ਸਿੰਪਲ ਜਿਹਾ ਗੱਲ ਕੀਤੀ ਕਿ ਇਫ ਯੂ ਕੰਟੀਨਿਊ ਟੂ ਬੀ ਸਟ੍ਰੈਸ, ਜੇ ਤਣਾਅ ਲੈਂਦੇ ਰਹੋਗੇ ਤਾਂ ਯੂ ਵਿਲ ਬਿਕਮ, ਇਫ ਯੂ ਆਰ ਟੈਂਸ, ਟੈਂਸ ਦਾ ਮਤਲਬ ਸਟ੍ਰੈਸ ਹੀ ਹੁੰਦਾ ਹੈ, ਇਫ ਯੂ ਕੰਟੀਨਿਊ ਟੂ ਬੀ ਟੈਂਸ ਯੂ ਵਿਲ ਬਿਕਮ ਪਾਸਟ ਟੈਂਸ। ਸੋ ਇਹ ਮਤਲਬ ਆਲਮੋਸਟ ਸੱਚੀ ਗੱਲ ਹੈ ਕਿ ਤੁਸੀਂ ਜੇ ਸਟ੍ਰੈਸ ਹੀ ਕਰਦੇ ਰਹੋਗੇ, ਟੈਂਸ਼ਨ 'ਚ ਹੀ ਰਹੋਗੇ, ਤਾਂ ਤੁਸੀਂ ਖੁਦ ਹੀ ਫਰੋਮ ਇਜ਼ ਟੂ ਵਾਜ਼ ਬਣ ਜਾਓਗੇ, ਪਾਸਟ ਟੈਂਸ ਹੋ ਜਾਓਗੇ। ਸੋ ਸਟ੍ਰੈਸ ਤੋਂ ਤਾਂ ਬਚਣਾ ਬਹੁਤ ਜ਼ਰੂਰੀ ਹੈ। ਆਪਣਾ ਕੰਮ ਨੂੰ ਔਰਗਨਾਈਜ਼ ਕਰੋ, ਸਵੇਰੇ ਟਾਈਮਲੀ ਉੱਠੋ। ਜੇ ਸਵੇਰੇ ਆਦਮੀ 5 ਮਿੰਟ ਵੀ ਲੇਟ ਹੋ ਜਾਏ ਨਾ, ਤਾਂ ਪੂਰਾ ਦਿਨ ਉਹ ਦੌੜਦਾ ਹੀ ਰਹਿੰਦਾ। ਅਤੇ 5 ਮਿੰਟ ਸਵੇਰੇ ਜਲਦੀ ਉੱਠ ਜਾਓ, ਸੈਰ ਕਰਨ ਜਾਓ, ਪਾਠ ਕਰੋ, ਪੂਜਾ ਕਰੋ, ਯੋਗਾ ਕਰੋ, ਐਨ ਆਪਣਾ ਜੋ ਵੀ ਕੰਮ ਹੈ 5 ਮਿੰਟ ਪਹਿਲੇ ਆਪਣੀ ਘੜੀਆਂ ਥੋੜ੍ਹੀ ਤੇਜ਼ ਕਰ ਦਿਓ, ਸੋ ਦੈਟ ਤੁਸੀਂ 5 ਮਿੰਟ ਪਹਿਲੇ ਉਹ ਕੰਮ ਕਰ ਲਓ। ਬਿਲਕੁਲ ਬਿਲਕੁਲ ਸਹੀ ਤੁਸੀਂ ਕਿਹਾ। ਸੋ ਬਹੁਤ ਚੰਗਾ ਲੱਗਦਾ ਸਰ ਜਦੋਂ ਤੁਸੀਂ ਹਰ ਵੀਡੀਓ ਦੇ ਵਿੱਚ ਗਾਈਡ ਕਰਦੇ ਹੋ, ਬਹੁਤ ਚੰਗੇ ਢੰਗ ਦੇ ਨਾਲ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੰਦੇ ਹੋ, ਅਤੇ ਬਹੁਤ ਚੰਗੇ ਸਾਨੂੰ ਕਮੈਂਟਸ ਕੰਪਲੀਮੈਂਟਸ ਵੀ ਆਉਂਦੇ ਨੇ ਕਿ ਵਾਕਈ ਸਾਨੂੰ ਹੋਰ ਜਾਣਕਾਰੀ ਸਰ ਦੇ ਵੱਲੋਂ ਜ਼ਰੂਰ ਦਿੱਤੀ ਜਾਏ। ਸੋ ਅੱਜ ਆਪਾਂ ਖਾਸ ਤੌਰ 'ਤੇ ਜਿਹੜੇ ਟੋਪਿਕ 'ਤੇ ਗੱਲ ਕੀਤੀ ਹੈ, ਸਵਾਲ ਤੁਹਾਡੇ ਸੀ ਅਤੇ ਜਵਾਬ ਇੱਕ ਮਾਹਿਰ ਡਾਕਟਰ ਤੋਂ ਅਸੀਂ ਤੁਹਾਨੂੰ ਦਵਾ ਦਿੱਤਾ। ਸੋ ਅੱਗੋਂ ਵੀ ਤੁਸੀਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਲਿਖ ਕੇ ਭੇਜ ਸਕਦੇ ਹੋ ਕਿ ਕਿਹੜੇ ਟੋਪਿਕ 'ਤੇ ਅਸੀਂ ਹੋਰ ਵੀਡੀਓਜ਼ ਲੈ ਕੇ ਆਈਏ। ਸੋ ਤੁਹਾਡਾ ਸਰ ਬਹੁਤ ਬਹੁਤ ਥੈਂਕਸ ਕਿ ਤੁਸੀਂ ਇਹ ਖਾਸ ਜਾਣਕਾਰੀ, ਖਾਸ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਸੋ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜੇਕਰ ਹੁਣ ਤੱਕ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਦਿਓ, ਤਾਂ ਕਿ ਅਸੀਂ ਅੱਗੋਂ ਵੀ ਹੋਰ ਵਧੀਆ ਵਧੀਆ ਇਨਫੋਰਮੇਟਿਵ ਵੀਡੀਓ ਤੁਹਾਡੇ ਲਈ